ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਜਨਮ ਮਰਨ ਦੁਖ ਜਾਲ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਲ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿ ਸੁਰਠ ਮਹਿਲਾ ਪੰਜਵਾ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਅਮਾ ਜਿਸ ਹਿਰਦੇ ਨ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਚਰਨ ਕਮਲ ਸਿਉਂ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤਿ ਅਗਾਹੀ ਗੁਣ ਅਮੋਲ ਜਿਸ ਹਿਰਦੇ ਨਾ ਵਸਿਆ ਤੇ ਨਰ ਤ੍ਰਿਸ਼ਨ ਤ੍ਰਿਖਾਈ ਹਰ ਆਰਾਧੇ ਅਰੋਗ ਅਨੰਦ ਆਈ ਜਿਸ ਨੂੰ ਵਿਸਰੈ ਮੇਰਾ ਰਾਮ ਸੁਨੇਹੀ ਤਿਸ ਲਾਪ ਬੇਦਨ ਜਣ ਆਈ ਰਹੁ ਜੈ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸ਼ਰਣੇ ਜੈ ਨਰ ਵਿਸਰਿਆ ਪੁਰਖ ਵਿਧਾਤਾ ਤੇ ਦੁਖੀਆਂ ਮੈਂ ਬਣਨੇ ਜੈ ਗੁਰਮਾਨ ਪ੍ਰਭੂ ਲਿਵ ਲਾਏ ਤੈਂ ਮਹਾ ਆਨੰਦ ਰਸ ਕਰਿਆ ਜੈ ਪ੍ਰਭ ਵਿਸਾਰ ਗੁਰ ਤੇ ਬੇਮੁਖ ਤੇ ਨਰਕ ਘੋਰ ਮੈਂ ਭਰਿਆ ਜਿਤ ਕੋ ਲਾਇਆ ਤਿਤ ਹੀ ਲਾਗਾ ਤੈ ਸੋ ਹੀ ਗੁਰ ਤਾਰਾ ਨਾਨਕ ਸ਼ਹਿ ਫਕਰੀ ਸੰਤਨ ਕੀ ਹਿਰਦੈ ਭੈ ਮਗਨ ਚਰਨਾਰ ਜਿਤ ਕੋ ਲਾਇਆ ਤਿਤ ਹੀ ਲਾਗ ਤੈ ਸੋ ਗੀ ਵਰਤਾਰਾ ਨਾਨਕ ਸ਼ਹਿ ਫਕਰੀ ਸੰਤਨ ਕੀ ਹਿਰਦੈ ਭੈ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਾਧ ਸੰਗਤ ਜੀ ਸਾਹਿਬ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬਚਨ ਜੋ ਆਪ ਜੀ ਨੇ ਹੁਕਮਨਾਮਾ ਸਰਵਣ ਕੀਤਾ ਹੈ ਇਹ ਪਵਿੱਤਰ ਬਚਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 512 ਅਤੇ 13 ਪੰਨੇ ਉੱਤੇ ਅੰਕਿਤ ਹੈ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਦੋ ਕਿਸਮ ਦੇ ਜਿਹੜੇ ਖਿਆਲ ਨੇ ਵਿਪਰੀਤ ਕਿਸਮ ਦੇ ਜਿਹੜੇ ਖਿਆਲ ਨੇ ਉਹਨਾਂ ਨੂੰ ਸਾਹਮਣੇ ਰੱਖ ਕੇ ਸਤਿਗੁਰ ਪਾਤਸ਼ਾਹ ਜੀ ਇੱਕ ਉਹ ਖਿਆਲ ਜਿਹੜਾ ਪਰਮੇਸ਼ਰ ਪਰਾਇਣ ਹੈ ਰੱਬ ਵੱਲ ਪਰਮੇਸ਼ਰ ਵੱਲ ਲੱਗਿਆ ਹੋਇਆ ਪ੍ਰਭੂ ਵਾਲੇ ਪਾਸੇ ਲੱਗਾ ਹੋਇਆ ਇੱਕ ਉਹ ਖਿਆਲ ਜੋ ਪਰਮੇਸ਼ਰ ਨੂੰ ਭੁੱਲ ਕੇ ਜੀਵਨ ਬਤੀਤ ਹੋ ਰਹੇ ਹੈ ਇਹ ਦੋਵਾਂ ਖਿਆਲਾਂ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਸਾਹਮਣੇ ਪੈਰਲਲ ਰੱਖਿਆ ਅਤੇ ਸਮਝਾਇਆ ਇੱਕ ਖਿਆਲ ਦੇ ਨਾਲ ਜੀਵਨ ਕਿਵੇਂ ਚੱਲਦਾ ਹੈ ਅਤੇ ਦੂਜੇ ਨਾਲ ਕਿਵੇਂ ਚੱਲਦਾ ਇਹ ਦੋਵੇਂ ਤਰੀਕਿਆਂ ਦੇ ਨਾਲ
ਜੀਵਨ ਦੀ ਸਾਰੀ ਜੋ ਸਾਡੀ ਕਿੱਥੇ ਆ ਉਹ ਸਤਿਗੁਰ ਬਾਦਸ਼ਾਹ ਜੀ ਨੇ ਬਿਆਨ ਕੀਤੀ ਹੈ। ਕਹਿੰਦੇ ਨੇ ਚਰਨ ਕਮਲ ਸਿਉ ਜਾਗਤਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਹੀ। ਜਿਹੜੇ ਪਰਮੇਸ਼ਰ ਦੇ ਚਰਨ ਕਮਲਾਂ ਨਾਲ, ਹੁਣ ਕਿੱਥੇ ਕਿਤੇ ਭੁਲੇਖਾ ਨਾ ਰਹੇ ਵੀ ਚਰਨ ਕਮਲ ਕਿਹੜੇ ਨੇ। ਮੈਂ ਕਿਹਾ ਵੀ ਬੜੀ ਵਾਰੀ ਬੇਨਤੀ ਕੀਤੀ ਹੈ, ਇਹ ਗੁਰੂ ਕੀ ਬਾਣੀ ਇਹ ਜਿਹੜੀ ਸਾਨੂੰ ਪ੍ਰਾਪਤ ਹੈ ਇਹ ਅਸਲ ਵਿੱਚ ਗੁਰੂ ਕਾ ਸ਼ਬਦ ਜਿਹੜਾ ਹੈ, ਗੁਰੂ ਕਾ ਉਪਦੇਸ਼ ਜਿਹੜਾ ਹੈ, ਜਦੋਂ ਅਸਲ ਵਿੱਚ ਆਖੀਏ ਕਿ ਗੁਰੂ ਦਾ ਉਪਦੇਸ਼ ਜਿਹੜਾ ਇਹ ਚਰਨ ਕਮਲ ਨੇ ਗੁਰੂ ਨੇ। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਜਿਹਨੇ ਗੁਰੂ ਦੇ ਉਪਦੇਸ਼ ਨਾਲ ਚਰਨ ਕਮਲ ਸਿਉ ਜਾਗਤਾ ਮਨ ਲੀਨਾ, ਜਿਹਦਾ ਮਨ ਮੰਨ ਗਿਆ, ਜਿਹਦਾ ਮਨ ਉਹਦੇ ਨਾਲ ਭਿੱਜ ਗਿਆ, ਜਿਹਦਾ ਮਨ ਉਸਨੂੰ ਪ੍ਰਵਾਨ ਕਰਨ ਲਈ ਤਿਆਰ ਹੋ ਗਿਆ। ਤੇ ਚਰਨ ਕਮਲ ਕਿਹੜੇ? ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ, ਗੁਰੂ ਦਾ ਦਿੱਤਾ ਹੋਇਆ ਉਪਦੇਸ਼। ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਬੰਦੇ ਨੂੰ ਕੀ ਮਿਲਦਾ ਹੈ, ਉਹਨੂੰ ਕੀ ਮਿਲੇਗਾ? ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਮਨੁੱਖ ਜਿਹੜਾ ਹੈ ਨਾ, ਕਹਿੰਦੇ ਸਦਕੇ ਜਾਈਏ ਉਸ ਤੋਂ, ਕਹਿੰਦੇ ਨੇ ਸੇ ਜਨ ਤ੍ਰਿਪਤ ਅਗਾਹੀ, ਉਹ ਰਜਿਆ ਹੋਇਆ ਸਭ ਤਰ੍ਹਾਂ ਦੇ ਨਾਲ ਸੱਜ ਜਾਂਦਾ, ਕੋਈ ਭੁੱਖ ਨਹੀਂ ਰਹਿੰਦੀ। ਇਹ ਤੁਸੀਂ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਹੋ, ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਜੀ, ਮੇਰਾ ਆਧਾਰ ਮੇਰੇ ਪਰਮੇਸ਼ਰ ਦਾ, ਜਿਸ ਵਕਤ ਵੀ ਉਸਦੇ ਗੁਣ ਬਣਦੇ ਨੇ, ਉਸਦਾ ਨਾਮ ਬਣਦਾ, ਮੇਰੀਆਂ ਸਾਰੀਆਂ ਭੁੱਖਾਂ ਮੇਟ ਦਿੰਦੇ ਹੋ, ਤ੍ਰਿਪਤ ਹੋ ਜਾਂਦਾ ਬੰਦਾ, ਰੱਜ ਜਾਂਦਾ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਅਗਲੇ ਚਰਨ ਕਮਲ ਦਾ ਕਿਸੇ ਭੁਲੇਖਾ ਨਾ ਰਾਜਾ। ਇਸ ਕਰਕੇ ਅਗਲੀ ਪੰਕਤੀ ਅੰਦਰ ਉਹਦਾ ਖੁਲਾਸਾ ਕੀਤਾ ਗੁਰੂ ਸਾਹਿਬ ਨੇ, ਕਹਿੰਦੇ ਨੇ ਗੁਣ ਅਮੋਲ ਜਿਸ ਹਿਰਦੇ ਨਾ ਵਸਿਆ। ਇਹਦਾ ਮਤਲਬ ਹੈ ਚਰਨ ਕਮਲ ਗੁਰੂ ਦੇ ਜਿਹੜੇ ਨੇ ਉਹ ਅਮੋਲਕ ਗੁਣ ਨੇ। ਇੱਥੇ ਬਿਲਕੁਲ ਕਲੀਅਰ ਕਰ ਦਿੱਤਾ ਵੀ ਕਿਤੇ ਭੁਲੇਖਾ ਨਾ ਰਾਜਾ ਜੀ ਚਰਨ ਕਮਲ ਦਾ ਫਿਰ ਜੀ ਕਿਹੜੇ ਮਹਾਂਪੁਰਸ਼ਾਂ ਦੇ ਉਹਦੇ ਚਰਨਾਂ 'ਤੇ ਜਾਵਾਂ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਗੁਣ ਅਮੋਲ ਇਹ ਚਰਨ ਕਮਲ ਨੇ ਗੁਰੂ ਦੇ, ਅਤੇ ਅਮੋਲ ਗੁਣ ਕਿਹੜੇ ਨੇ? ਗੁਰੂ ਕੀ ਬਾਣੀ ਦਾ ਉਪਦੇਸ਼, ਇਹ ਉਹਨੂੰ ਅਮੋਲਕ ਵਸਤੂ ਹੈ। ਅਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਹਿਰਦੇ ਨਾ ਵਸਿਆ ਅਤੇ ਨਰ ਤ੍ਰਿਸ਼ਨ ਤ੍ਰਿਖਾਈ। ਕਹਿੰਦੇ ਨੇ ਉਹ ਬੰਦਾ ਤ੍ਰਿਸ਼ਨਾ ਦੀ ਯਾਦ ਵਿੱਚ ਸੜਦਾ ਰਹਿੰਦਾ, ਤ੍ਰਿਸ਼ਨਾ ਉਸਨੂੰ ਘੁਮਾਉਂਦੀ ਰਹਿੰਦੀ ਹੈ। ਅਤੇ ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਦੀ ਦਾਤ ਅਸੀਂ ਪ੍ਰਾਪਤ ਕਰੀਏ। ਉਹ ਕਿਵੇਂ ਹੋਵੇਗੀ? ਉਹ ਇਸੇ ਤਰ੍ਹਾਂ ਦਾ ਹੋਵੇਗੀ ਜਦੋਂ ਅਸੀਂ ਗੁਰੂ ਕੇ ਚਰਨ ਕਮਲ ਪਰਸਾਂਗੇ, ਗੁਰੂ ਕੇ ਗੁਣ ਗ੍ਰਹਿਣ ਕਰਾਂਗੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰਾਂਗੇ, ਸਤਿਗੁਰੂ ਜੀ ਦੀ ਪਾਲਕਾ ਕਰਨ, ਇਹ ਦਾਤ ਅਸੀਂ ਸਾਰੇ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਲਈਏ। ਅਨੁਭਵ ਸਾਹਿਬ ਫਤਿਹ ਬਰਾਬ, ਵਾਹਿਗੁਰੂ ਜੀ ਕਾ ਖਾਲਸਾ।